ਸਵਾਗਤ ਹੈ ਤੁਹਾਡਾ ਦਿਨਿਕ ਸੂਰਾ ਟੀਵੀ ਤੇ ਇਲੈਕਸਸ ਦਾ ਮੌਸਮ ਹੈ ਐਲਾਨ ਹੋ ਰਹੇ ਨੇ ਵੱਡੇ ਵੱਡੇ ਇਸੇ ਦੇ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇੱਕ ਹੋਰ ਐਲਾਨ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਇੰਡਸਟਰੀ ਲਈ 13 ਨੁਕਤਿਆਂ ਤੀ ਪ੍ਰੋਗਰਾਮ ਦਾ ਐਲਾਨ ਕੀਤਾ ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਜੇਕਰ 2022 ਦੇ ਵਿੱਚ ਪੰਜਾਬ ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਂਦੀ ਹੈ ਤਾਂ 13 ਨੁਕਾਦੀ ਪ੍ਰੋਗਰਾਮ ਦੇ ਤਹਿਤ ਇੰਡਸਟਰੀ ਨੂੰ ਵੱਡੇ ਫਾਇਦੇ ਹੋਣਗੇ ਤਾਂ 13 ਐਲਾਨ ਅੱਜ ਸੁਖਬੀਰ ਸਿੰਘ ਬਾਦਲ ਕਰਕੇ ਗਏ ਨੇ ਪਹਿਲਾਂ ਇਹਨਾਂ ਦੇ ਵੱਲੋਂ ਇੱਕ ਜਨਰਲ 13 ਐਲਾਨ ਕੀਤੇ ਗਏ ਸੀਗੇ ਅੱਜ ਸਪੈਸ਼ਲੀ 13 ਜਿਹੜੇ ਐਲਾਨ ਲੁਧਿਆਣਾ ਦੇ ਵਿੱਚ ਕੀਤੇ ਗਏ ਨੇ ਇਹ ਸਿਰਫ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਇਹ ਕੀ ਐਲਾਨ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਸਭ ਤੋਂ ਪਹਿਲਾਂ ਜਿਹੜਾ ਵੱਡਾ ਐਲਾਨ ਇੰਡਸਟਰੀ ਨੂੰ ਦੇਖਦੇ ਹੋਏ ਆ ਸਬੀਰ ਸਿੰਘ ਬਾਦਲ ਵੱਲੋਂ ਕੀਤਾ ਗਿਆ ਉਹਦੇ ਮੁਤਾਬਕ ਜਦੋਂ ਇਹਨਾਂ ਦੀ ਸਰਕਾਰ ਆਏਗੀ ਤਾਂ ਪਹਿਲੇ ਸਮਾਲ ਇੰਡਸਟਰੀ ਦੇ ਲਈ ਇੱਕ ਲੱਗ ਮਿਨਿਸਟਰੀ ਬਣਾਈ ਜਾਏਗੀ ਇੱਕ ਨਵਾਂ ਮਹਿਕਮਾ ਇੱਕ ਨਵਾਂ ਡਿਪਾਰਟਮੈਂਟ ਬਣਾਇਆ ਜਾਏਗਾ ਇਸ ਤੋਂ ਪਹਿਲਾਂ ਜਿਹੜੀ ਕਾਮਰਸ ਔਰ ਇੰਡਸਟਰੀ ਮਹਿਕਮਾ ਹੁੰਦਾ ਇੱਕੋ ਹੁੰਦਾ ਉਹਦੇ ਵਿੱਚ ਹੀ ਲਾਰਜ ਮੀਡੀਅਮ ਔਰ ਸਮਾਲ ਆਉਂਦੇ ਹੈ ਪਰ ਸਮਾਲ ਇੰਡਸਟਰੀ ਨੂੰ ਹੋਰ ਡਿਵੈਲਪ ਕਰਨ ਦੇ ਲਈ ਇੱਕ ਨਵੀਂ ਮਿਨਿਸਟਰੀ ਦਾ ਨਿਰਮਾਣ ਇਹਨਾਂ ਦੀ ਸਰਕਾਰ ਦੇ ਵਿੱਚ ਕੀਤਾ ਜਾ ਸਕਦਾ ਜੇਕਰ ਲੋਕ ਇਹਨਾਂ ਨੂੰ ਮੌਕਾ ਦਿੰਦੇ ਨੇ ਉਸ ਤੋਂ ਬਾਅਦ ਅਗਲੀ ਅਗਲਾ ਜਿਹੜਾ ਵਾਅਦਾ ਕੀਤਾ ਗਿਆ ਉਹਦੇ ਮੁਤਾਬਕ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 50% ਈਡੀਸੀ ਤੇ ਰਜਿਸਟਰੀ ਦੇ ਚਾਰਜੇਸ ਦੇ ਵਿੱਚ ਰਿਡਕਸ਼ਨ ਕੀਤੀ ਜਾਏਗੀ ਕਟੌਤੀ ਕੀਤੀ ਜਾਏਗੀ ਇਹ ਵੀ ਇੱਕ ਵੱਡਾ ਐਲਾਨ ਦੇਖਿਆ ਜਾ ਰਿਹਾ ਸੁਖਬੀਰ ਸਿੰਘ ਬਾਦਲ ਦਾ ਇੰਡਸਟਰੀ ਦੇ ਲਈ ਉਸ ਤੋਂ ਬਾਅਦ ਇੰਡਸਟਰੀ ਦੇ ਪੱਖੋਂ ਜਾਂ ਵਪਾਰ ਦੇ ਪੱਖੋਂ ਇੱਕ ਵੱਡਾ ਐਲਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹੋਰ ਕੀਤਾ ਗਿਆ ਉਹਦੇ ਮੁਤਾਬਕ ਜਿੰਨੇ ਵੀ ਸਮਾਲ ਟ੍ਰੇਡਰਸ ਨੇ ਪੰਜਾਬ ਦੇ ਵਿੱਚ ਜਿੰਨੇ ਛੋਟੇ ਵਪਾਰੀ ਹੋਣਗੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਫਿਰ ਹਰ ਛੋਟੇ ਵਪਾਰੀ ਨੂੰ 10 ਲੱਖ ਰੁਪਏ ਤੱਕ ਦੀ ਲਾਈਫ ਹੈਲਥ ਤੇ ਫਾਇਰ ਇੰਸ਼ੋਰੈਂਸ ਦਿੱਤੀ ਜਾਏਗੀ ਹਰ ਇੱਕ ਛੋਟੇ ਵਪਾਰੀ ਨੂੰ ਇਹ ਵੀ ਇੱਕ ਵੱਡਾ ਐਲਾਨ ਹੈ ਉਸ ਤੋਂ ਬਾਅਦ ਅਗਲਾ ਜੋ ਐਲਾਨ ਕੀਤਾ ਗਿਆ ਉਹਦੇ ਮੁਤਾਬਕ ਸਟੇਟ ਸਰਕਾਰ ਦੇ ਵੱਲੋਂ ਸਮਾਲ ਟਰੇਡਰ ਛੋਟੇ ਵਪਾਰੀਆਂ ਦੇ ਲਈ ਇੱਕ ਇੰਸ਼ੋਰੈਂਸ ਮਾਫ ਕਰਨਾ ਪੈਨਸ਼ਨ ਸਕੀਮ ਵੀ ਚਲਾਈ ਜਾਏਗੀ ਸੂਬਾ ਸਰਕਾਰ ਦੇ ਵੱਲੋਂ ਜੋ ਕੰਟਰੀਬਿਊਟ ਕਰੇਗੀ ਤਾਂ ਇੱਕ ਵੱਡੀ ਯੋਜਨਾ ਦਾ ਐਲਾਨ ਇਹ ਵੀ ਦੇਖਿਆ ਜਾ ਰਿਹਾ ਹੈ স্মੋਲ ਇੰਡਸਟਰੀ ਨੂੰ স্মੋਲ ਟਰੇਡਰਸ ਨੂੰ ਛੋਟੇ ਵਪਾਰੀਆਂ ਨੂੰ ਅਟਰੈਕਟ ਕਰਨ ਦੇ ਲਈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਐਲਾਨ ਕੀਤੇ ਗਏ ਨੇ ਇਸ ਤੋਂ ਬਾਅਦ ਯੂਥ ਨੂੰ ਤੇ ਮਹਿਲਾਵਾਂ ਨੂੰ ਵਪਾਰ ਦੇ ਵਿੱਚ ਹੋਰ ਪ੍ਰੋਗਰੈਸ ਦੇਣ ਲਈ ਹੋਰ ਉਹਨਾਂ ਨੂੰ ਫਾਇਦੇ ਪਹੁੰਚਾਉਣ ਦੇ ਲਈ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ 5 ਲੱਖ ਰੁਪਏ ਤੱਕ ਦਾ ਇੰਟਰਸਟ ਫ੍ਰੀ ਲੋਨ ਦਿੱਤਾ ਜਾਏਗਾ ਵਿਆਜ ਮੁਕਤ ਲੋਨ ਮਹਿਲਾਵਾਂ ਨੂੰ ਸਪੈਸ਼ਲੀ ਤੇ ਯੂਥ ਨੂੰ ਜਿਹੜੇ ਵਪਾਰ ਕਰਨਾ ਚਾਹੁੰਦੇ ਨੇ ਇਹਨਾਂ ਦੀ ਸਰਕਾਰ ਜੀ ਬਣਦੀ ਹੈ ਤੇ ਉਹਨਾਂ ਨੂੰ ਲੋਨ ਦਿੱਤਾ ਜਾਏਗਾ ਇਸ ਤੋਂ ਇਲਾਵਾ ਅ ਇੱਕ ਹੋਰ ਐਲਾਨ ਜਿਹੜਾ ਹੈ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਾ ਐਲਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤਾ ਗਿਆ ਇਹ ਵੱਡਾ ਐਲਾਨ ਇਸ ਵੇਲੇ ਦੇਖਿਆ ਜਾ ਰਿਹਾ ਹੈ 5 ਰੁਪਏ ਪ੍ਰਤੀ ਯੂਨਿਟ ਦਾ ਐਲਾਨ ਸੁਖਬੀਰ ਸਿੰਘ ਬਾਦਲ ਕਰ ਰਹੇ ਨੇ ਇੰਡਸਟਰੀ ਦੇ ਲਈ ਜੇਕਰ ਇਹਨਾਂ ਦੀ ਸਰਕਾਰ ਸੂਬੇ ਦੇ ਵਿੱਚ ਬਣਦੀ ਹੈ ਇਸ ਤੋਂ ਬਾਅਦ ਸਕਿਲਡ ਯੂਨੀਵਰਸਿਟੀ ਇੱਕ ਬਣਾਈ ਜਾਏਗੀ ਜੋ ਯੂਥ ਹੈ ਜੋ ਸਟੇਟ ਦਾ ਜੋ ਉਸ ਪੰਜਾਬ ਦਾ ਇਹ ਯੂਥ ਹੋਏਗਾ ਉਹਨੂੰ ਟ੍ਰੇਨਿੰਗ ਦੇਣ ਲਈ ਉਹਦੇ ਸਕਿੱਲਸ ਹੋਰ ਵਿਦਾਨ ਦੇ ਲਈ ਸਕਿੱਲਡ ਯੂਨੀਵਰਸਿਟੀ ਦਾ ਵੀ ਐਲਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤਾ ਗਿਆ ਜੇਕਰ ਇਹਨਾਂ ਦੀ ਸਰਕਾਰ ਬਣਦੀ ਹੈ ਤਾਂ ਸਕਿੱਲਡ ਯੂਨੀਵਰਸਿਟੀ ਇੱਕ ਬਣਾਈ ਜਾਏਗੀ ਵਪਾਰੀਆਂ ਦੀ ਟੈਨਸ਼ਨ ਘਟਾਉਣ ਦੇ ਲਈ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ 25 ਲੱਖ ਰੁਪਏ ਤੱਕ ਦਾ ਕੋਈ ਲੇਖਾ ਜੋਖਾ ਨਹੀਂ ਰੱਖਣ ਦੀ ਲੋੜ ਕਿਤਾਬਾਂ ਦੇ ਵਿੱਚ ਕੋਈ ਹਿਸਾਬ ਕਿਤਾਬ ਦੀ ਕੋਈ ਲੋੜ ਨਹੀਂ ਹੈ ਜਿਆਦਾ ਨੋ ਬੁక్స్ ਫॉर ਟਰਨਓਵਰ ਆਫ ਲੈਸ ਦੈਨ 25 lakhs, charged, 25 ਲੱਖਸ ਓਨਲੀ ਲੰਪਸਮ ਟੂ ਬੀ ਚਾਰਜ ਜਿਹੜਾ ਟੈਕਸ ਹੋਏਗਾ ਜੋ ਲੰਪਸਮ ਲਿਆ ਜਾਏਗਾ 25 ਲੱਖ ਰੁਪਏ ਤੱਕ ਦਾ ਬਹੁਤ ਜ਼ਿਆਦਾ ਲੇਖਾ ਜੋਕਾ 25 ਲੱਖ ਤੋਂ ਥੱਲੇ ਤੱਕ ਦੀ ਜੇ ਟਰਨਓਵਰ ਹੋਏਗੀ ਤਾਂ ਉਹ ਜ਼ਿਆਦਾ ਕਿਤਾਬਾਂ ਦੇ ਵਿੱਚ ਕਿਤਾਬਾਂ ਦਾ ਹਿਸਾਬ ਕਿਤਾਬ ਜਿਹੜਾ ਲੱਖਣ ਦੀ ਲੋੜ ਨਹੀਂ ਹੈ ਤਾਂ ਇਹ ਛੋਟੇ ਵਪਾਰੀਆਂ ਲਈ ਇੱਕ ਹੋਰ ਵੱਡਾ ਐਲਾਨ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤਾ ਗਿਆ ਹੈ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਨੇ ਸਪੈਸ਼ਲ ਇਨਸੈਂਟਿਵਸ ਦਾ ਵੀ ਐਲਾਨ ਕੀਤਾ ਹੈ ਵਪਾਰੀਆਂ ਨੂੰ ਇੰਡਸਟਰੀ ਦੇ ਵਿੱਚ ਵਾਧੇ ਨੂੰ ਲੈ ਕੇ ਇੰਡਸਟਰੀ ਦੇ ਐਕਸਪੈਂਸ਼ਨ ਨੂੰ ਲੈ ਕੇ ਨਾਲੇ ਵੀ ਕਹਿੰਦੇ ਨੇ ਕਿ ਇੰਡਸਟਰੀਅਲ ਸਟੇਟ ਤੇ ਫੋਕਲ ਪੁਆਇੰਟਸ ਜੋ ਮੈਨੇਜ ਹੁੰਦੇ ਨੇ ਇੰਡਸਟਰੀਅਲ ਐਸੋਸੀਏਸ਼ਨਸ ਦੇ ਵੱਲੋਂ ਉਹਨਾਂ ਨੂੰ ਵੀ ਜੋ ਫੰਡ ਹੈ ਗਵਰਨਮੈਂਟ ਦੇ ਵੱਲੋਂ ਦਿੱਤੇ ਜਾਣਗੇ ਔਰ ਸਪੈਸ਼ਲ ਇਨਸੈਂਟਿਵਸ ਵੀ ਦਿੱਤੇ ਜਾਣਗੇ ਜੇਕਰ ਐਕਸਪੈਂਸ਼ਨ ਹੁੰਦੀ ਹੈ ਇੰਡਸਟਰੀ ਦੀ ਐਕਸਪੈਂਸ਼ਨ ਹੁੰਦੀ ਹੈ ਫੋਕਲ ਪੁਆਇੰਟਸ ਐਕਸਪੈਂਸ਼ਨ ਹੁੰਦੀ ਹੈ ਜੇ ਅ ਅ ਇੰਡਸਟਰੀ ਲੈਟਸ ਸੇਜ਼ ਦੀ ਐਕਸਪੈਂਸ਼ਨ ਹੁੰਦੀ ਹੈ ਜੇਕਰ ਇਹਨਾਂ ਦੇ ਸਰਕਾਰ ਬਣਦੀ ਹੈ ਤੇ ਸਪੈਸ਼ਲ ਇਨਸੈਂਟਿਵਸ ਇੰਡਸਟਰੀ ਨੂੰ ਵੀ ਦਿੱਤੇ ਜਾਣਗੇ ਇਹਦੇ ਨਾਲ ਹੀ ਇੱਕ ਹੋਰ ਜਿਹੜਾ ਵੱਡਾ ਐਲਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੀਤਾ ਗਿਆ ਉਹਦੇ ਮੁਤਾਬਕ ਸਟੇਟ ਟੂ ਗਿਵ 5% ਸਬਸਿਡੀ ਔਨ ਇੰਟਰਸਟ ਔਨ ਟੂ ਬੈਂਕਸ ਜੋ 50 ਲੱਖ ਰੁਪਏ ਤੱਕ ਦੀ ਕੈਪੀਟਲ ਲਿਮਿਟ ਹੈ ਉਹਦੇ ਵਿੱਚ ਸਬਸਿਡੀ ਦਿੱਤੀ ਜਾਏਗੀ 5% ਤੱਕ ਦੀ ਜੋ ਦਾ ਵਿਆਜ ਹੈ ਵਿਆਜ ਤੇ ਸਬਸਿਡੀ ਜਿਹੜੀ ਹੈ ਉਹ ਜੇਕਰ ਸ਼ਰਮ ਨੇ ਇਕੱਲੇ ਦਲ ਦੀ ਸਰਕਾਰ ਬਣਦੀ ਹੈ ਉਹ ਦਿੱਤੀ ਜਾਏਗੀ ਤਾਂ ਇਸ ਤਰ੍ਹਾਂ ਵੱਡੇ ਐਲਾਨ ਪੰਜਾਬ ਦੀ ਇੰਡਸਟਰੀ ਦੇ ਲਈ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕੀਤੇ ਗਏ ਨੇ ਅੱਜ ਲੁਧਿਆਣਾ ਦੇ ਵਿੱਚ ਵਪਾਰੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਨੇ ਸਾਰੀ ਜਿਹੜੀ ਐਲਾਨ ਹੈ ਇਹ ਰੱਖੇ ਨੇ ਰੀਅਲ ਅਸਟੇਟ ਨੂੰ ਲੈ ਕੇ ਵੀ ਇੱਕ ਮੈਂ ਆਪਣੀ ਟੀਮ ਨੂੰ ਕਹਾਂਗਾ ਇੱਕ ਹੋਰ ਜਿਹੜਾ ਆਪਾਂ ਗ੍ਰਾਫਿਕਸ ਦੇ ਜ਼ਰੀਏ ਇੱਕ ਐਲਾਨ ਸ਼ਾਇਦ ਰਹਿ ਗਿਆ ਤਾਂ ਮੈਂ ਵੀ ਦੱਸਣਾ ਚਾਹਾਂਗਾ ਕਿ ਰੀਅਲ ਏਸਟੇਟ ਨੂੰ ਹੋਰ ਬੂਸਟ ਕਰਨ ਦੇ ਲਈ ਇੱਕ ਬਿਲਡ ਪੰਜਾਬ ਏਜੰਸੀ ਜਿਹੜੀ ਹੈ ਉਹ ਵੀ ਬਣਾਈ ਜਾਏਗੀ ਪੰਜਾਬ ਬਿਲਡ ਏਜੰਸੀ ਦਾ ਕੰਮ ਹੋਏਗਾ ਜਲ ਤੋਂ ਜਲਦ ਜਿਹੜੇ ਕਲੀਅਰੈਂਸਸ ਨੇ ਰੀਅਲ ਏਸਟੇਟ ਸੈਕਟਰ ਦੇ ਵਿੱਚ ਜੋ ਕਲੀਅਰੈਂਸਸ ਚਾਹੀਦੀਆਂ ਹੁੰਦੀਆਂ ਨੇ ਉਹਨੂੰ ਵੀ ਜਲ ਤੋਂ ਜਲਦ ਉਹਦਾ ਕੰਮ ਹੋਵੇ ਕਲੀਅਰੈਂਸਸ ਮਿਲਣ ਇਹਦੇ ਕਰਕੇ ਇੱਕ ਬਿਲਡ ਪੰਜਾਬ ਏਜੰਸੀ ਬਣਾਈ ਜਾਏਗੀ ਜੇ ਸੂਬੇ ਦੇ ਵਿੱਚ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਂਦੀ ਤੇ ਇਸ ਤਰ੍ਹਾਂ ਇਹ ਵੱਡੇ ਐਲਾਨ ਅੱਜ ਵਪਾਰੀਆਂ ਦੇ ਲਈ ਇੰਡਸਟਰੀ ਦੇ ਲਈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੇ ਗਏ ਨੇ ਲੋਕ ਹੁਣ ਫੈਸਲਾ ਕਰਨਗੇ ਕਿ ਕਿਹੜੀ ਪਾਰਟੀ ਨੂੰ ਵੋਟ ਦੇਣੀ ਹੈ ਕਿਹੜੀ ਪਾਰਟੀ ਦੀ ਸਰਕਾਰ ਬਣੇਗੀ ਕਿਉਂਕਿ ਐਲਾਨ ਤੇ ਐਲਾਨ ਹਰ ਪਾਰਟੀ ਦੇ ਵੱਲੋਂ ਹੋ ਰਹੇ ਨੇ ਹਰ ਪਾਰਟੀ ਹਰ ਸਿਆਸੀ ਪਾਰਟੀ ਲੋਕਾਂ ਨੂੰ ਵਾਅਦੇ ਕਰ ਰਹੀ ਹੈ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ ਆਪਣਾ ਅਜੰਡਾ ਰੱਖ ਰਹੇ ਨੇ ਪਰ ਜਨਤਾ ਕਿਤਾ ਅਜੰਡਾ ਪਸੰਦ ਕਰਦੀ ਹੈ 2022 ਦੇ ਵਿੱਚ ਪਤਾ ਲੱਗੇਗਾ ਦੇਖਦੇ ਰਹੋ ਥੈਂਕਸ ਫਰ ਟਵੀ